ਦੁਨੀਆ ਵਿੱਚ ਜੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਮਾਂ ਦਾ ਰਿਸ਼ਤਾ ਸਭ ਤੋਂ ਉੱਤਮ ਹੁੰਦਾ ਹੈ। ਮਾਂ ਦਾ ਰੋਲ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਮਾਂ ਹੀ ਹੁੰਦੀ ਹੈ ਜੋ ਬਚਪਨ ਤੋਂ ਹੀ ਬੱਚੇ ਲਈ ਅਸਹਿ ਅਤੇ ਅਕੈ ਦੁੱਖ ਸਹਾਰਦੀ ਹੈ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਛੱਡਦੀ। ਅਜਿਹੇ ਹੀ ਸਨ ਸਰਦਾਰਨੀ ਛੋਟੀ ਕੌਰ ਜੀ। ਸਰਦਾਰਨੀ ਛੋਟੀ ਕੌਰ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਅਥਾਹ ਵਿਸ਼ਵਾਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ, ਮਿੱਠ ਬੋਲੜੇ ਹਨ ਅਤੇ ਪਰਮਾਤਮਾ ਦੇ ਪਾਣੇ ਵਿੱਚ ਰਹਿਣ ਵਾਲੇ ਇਨਸਾਨ ਹਨ। ਸਰਦਾਰਨੀ ਛੋਟੀ ਕੌਰ ਜੀ ਆਪਣੇ ਪਿੰਡ ਦੇ ਆਗੂ ਸਨ ਅਤੇ ਆਪ ਜੀ ਨੇ ਲੰਮਾ ਸਮਾਂ ਪਿੰਡ ਦੀ ਸਰਪੰਚੀ ਕੀਤੀ। ਇਸ ਸਮੇਂ ਦੌਰਾਨ ਆਪ ਜੀ ਪਿੰਡ ਵਾਲਿਆਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲੇ। ਸਰਦਾਰਨੀ ਛੋਟੀ ਕੌਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਗੁਰਜੰਟ ਸਿੰਘ ਸਾਬਕਾ ਸਰਪੰਚ, ਸਰਦਾਰਨੀ ਕਰਮਜੀਤ ਕੌਰ, ਗੁਰਮੰਦਰ ਸਿੰਘ, ਗੁਰਪ੍ਰੀਤ ਕੌਰ, ਸੁਖਰਾਜ ਸਿੰਘ, ਜਗਵਿੰਦਰ ਕੌਰ, ਐਡਵੋਕੇਟ ਜਾਦਵਿੰਦਰ ਸਿੰਘ, ਬੇਅੰਤ ਕੌਰ, ਅਮਿਤਾਜ ਸਿੰਘ, ਪਿੰਦਰਪਾਲ ਕੌਰ, ਬਲਤੀਰ ਸਿੰਘ, ਰੀਟਾ ਕੌਰ, ਗੁਰਲਾਲ ਸਿੰਘ, ਲਖਵੀਰ ਕੌਰ, ਰਵਿੰਦਰ ਸਿੰਘ, ਰਮਨ ਕੌਰ, ਐਡਵੋਕੇਟ ਰਣਜੋਤ ਸਿੰਘ, ਅਰਸ਼ਨੂਰ ਕੌਰ, ਅਜੇਪਾਲ, ਹਰਮਨਦੀਪ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਲਾਲਿਆਣਾ ਬਠਿੰਡਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਜੋ ਕਦੇ ਮਨ ਚਿਤ ਨਹੀਂ ਹੁੰਦਾ ਉਹ ਹਲਾ
ਹਾਲਾਤਾਂ ਦੇ ਵਿੱਚ ਦੀ ਪੁਰਸ਼ ਨੂੰ ਗੁਜ਼ਰਨਾ ਪੈ ਜਾਂਦਾ ਹੈ। ਇਹਦਾ ਜਿਹੜਾ ਅਸਲ ਸੱਚ ਹੈ, ਗੁਰੂ ਮਹਾਰਾਜ ਕਹਿੰਦੇ ਭਾਈ ਇਹ ਤਾਂ ਕੋਈ ਕੁਝ ਵਰਤਦਾ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਤੇ ਜੀਵ ਆਪਣੇ ਕਰਮ ਅਨੁਸਾਰ ਪ੍ਰਲਭਤ ਪ੍ਰਾਪਤ ਕਰਕੇ ਜੋ ਮਾਤ ਲੋਕ ਵਿੱਚ ਆਇਆ ਹੈ ਉਹ ਪ੍ਰਲਭਤ ਅਨੁਸਾਰ ਹੀ ਜੀਵਨ ਗੁਜ਼ਾਰਦਾ ਗੁਜ਼ਾਰਦਾ ਇੱਕ ਦਿਨ ਉਹਦੇ ਹੁਕਮ ਅਨੁਸਾਰ ਅਸਤ ਹੋ ਜਾਂਦਾ ਹੈ, ਕਿਉਂਕਿ ਉਹਦੀ ਖੇਡ ਹੀ ਐਸੀ ਹੈ ਪਰਮੇਸ਼ਰ ਤੇ ਉਹਦੀ ਖੇਡ ਅਨੁਸਾਰ ਮਹਾਰਾਜ ਕਹਿੰਦੇ ਵੇਖੋ ਕਿੰਨੇ ਸੋਹਣੇ ਉਹਨੇ ਰੰਗ ਰੰਗੇ ਹਨ, ਕਿੰਨੇ ਸੋਹਣੇ ਰਿਸ਼ਤੇ ਬਣਾਏ ਆ ਪਰਮੇਸ਼ਰ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅੱਜ ਆਪਾਂ ਮਾਂ ਦੀ ਯਾਦ ਵਿੱਚ ਬੈਠੇ ਹਾਂ, ਮਾਂ ਸ਼ਬਦ ਕਿੰਨਾ ਪਵਿੱਤਰ ਹੈ ਔਰ ਇੰਨਾ ਪਵਿੱਤਰ ਕਿ ਜੇ ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਕਿਸੇ ਜਗਿਆਸੂ ਨੂੰ ਭਾਵ ਗੁਰਸਿੱਖ ਪਿਆਰੇ ਨੂੰ ਮੋਕਸ਼ੂ ਨੂੰ ਸਮਝਾਉਣਾ ਹੈ ਤਾਂ ਮਾਂ ਤੇ ਬਾਪ ਦੀ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਭਾਈ ਇੱਕ ਪਿਤਾ ਤੇ ਮਾਤਾ ਦੇ ਰੂਪ ਦੇ ਅੰਦਰ ਜਿਵੇਂ ਮਾਤਾ ਤੇ ਪਿਤਾ ਬੱਚੇ ਦੀ ਪਰਵਰਿਸ਼ ਕਰਦੇ ਹੈ ਬਿਲਕੁਲ ਸੇਮ ਪਰਮੇਸ਼ਰ ਵੀ ਆਪਣੇ ਪੈਦਾ ਕੀਤੇ ਜੀਵਾਂ ਨੂੰ ਮਾਤਾ ਤੇ ਪਿਤਾ ਦਾ ਪਿਆਰ ਦਿੰਦਾ ਹੈ, ਕਿਉਂਕਿ ਜਿਹਦੀ ਆਪਾਂ ਉਦਾਹਰਣ ਦੇਈਏ ਉਹ ਕਿੰਨਾ ਪਿਆਰੀ ਵਸਤੂ ਹੁੰਦੀ ਹੈ। ਫਿਰ ਮਾਂ ਤੇ ਬਾਪ ਜੋ ਪਰਮੇਸ਼ਰ ਨੇ ਰਿਸ਼ਤੇ ਬਣਾਏ ਦੇਖੋ ਕਿੰਨਾ ਪਵਿੱਤਰ ਰਿਸ਼ਤਾ ਹੈ। ਭੋਜਨ ਕੋਈ ਨਹੀਂ ਛੱਡਦਾ ਔਰ ਦਰਦ ਕਿਸੇ ਨੂੰ ਹੁੰਦਾ ਹੈ, ਭਾਵ ਮਾਂ ਹੈ ਉਹਦਾ ਪੁੱਤਰ ਭੋਜਨ ਨਹੀਂ ਛੱਡਦਾ, ਦਰਦ ਮਾਂ ਨੂੰ ਹੁੰਦਾ ਹੈ, ਪੁੱਤਰ ਨੂੰ ਕੋਈ ਤਕਲੀਫ ਹੈ ਮਾਂ ਨਹੀਂ ਸੌਂ ਸਕਦੀ, ਪਿਤਾ ਹੈ ਔਰ ਦੁਨੀਆਂ ਦੇ ਸਾਰੇ ਰਿਸ਼ਤੇ ਨਾਤੇ ਜਿਹੜੇ ਬਣੇ ਹੈ ਸਾਰੇ ਪਿਆਰ ਦਿੰਦੇ ਹੈ ਸਾਰੇ ਸਤਿਕਾਰ ਦਿੰਦੇ ਹਨ, ਕਿੰਤੂ ਗੁਰੂ ਘਰ ਦੇ ਵਿਆਸ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਬੜੇ ਸੋਹਣੇ ਪ੍ਰਮਾਣ ਦਿੰਦੇ ਹਨ ਔਰ ਪੀਓ ਦੇ ਨਾ ਪਿਆਰ ਤੁਲ ਨਾ ਉਪੀ ਨਾ ਪਿਤੀਏ ਤਾਏ। ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਬਚਨ ਕਰਦੇ ਹੈ ਕਹਿੰਦੇ ਦੁਨੀਆਂ ਦੇ ਪੁਰਸ਼ ਭਾਵੇਂ ਤਾਏ ਚਾਚੇ ਸਾਰੇ ਸਤਿਕਾਰ ਯੋਗ ਹੈ, ਉਹਦੀ ਪਿਤਾ ਦੇ ਨਾਲ ਰਲ ਕੇ ਉਹਨਾਂ ਨੇ ਜਨਮ ਲਿਆ ਉਸੇ ਘਰ ਵਿੱਚੋਂ ਪ੍ਰਗਟ ਹੋਏ ਹਨ, ਕਿੰਤੂ ਜਿਹੜਾ ਪਿਤਾ ਤੇ ਮਾਤਾ ਨੇ ਪਿਆਰ ਦੇ ਦੇਣਾ ਉਹਦੇ ਸਮਾਨ ਪਿਤਾ ਦੇ ਪਿਆਰ ਸਮਾਨ ਭੂਆ ਦਾ ਚਾਚਿਆਂ ਤਾਇਆਂ ਦਾ ਪਿਆਰ ਨਹੀਂ ਉੱਥੇ ਜਾ ਸਕਦਾ। ਚਾਚੇ ਤਾਏ ਭੈਣ ਭਾਈ ਕਹਿੰਦੇ ਜਦੋਂ ਦੁੱਖ ਬਣ ਗਿਆ ਦੋ ਘੜੀਆਂ ਦੁੱਖ ਮੰਡਾ ਕੇ ਤੁਰ ਜਾਣਗੇ ਤੇਰੇ ਮਾਂ ਬਾਪ 24 ਘੰਟੇ ਤੇਰੇ ਕੋਲੇ ਖੜੇ ਰਹਿਣਗੇ। ਅੱਜ ਅਸੀਂ ਇਸ ਨਗਰ ਦੀ ਧੀ ਸਾਡੀ ਵੱਡੀ ਭੈਣ ਬੀਬੀ ਛੋਟੀ ਕੌਰ ਨੂੰ ਸਮੇਂ ਤੋਂ ਪਹਿਲਾਂ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਮੈਂ ਇਸ ਕਰਕੇ ਕਹਿ ਰਿਹਾ ਕਿ ਮਨੁੱਖਾ ਜੀਵਨ 100 ਸਾਲ ਦੀ ਉਮਰ ਲੈ ਕੇ ਆਇਆ, 4 ਖਾਣੀਆਂ 'ਚ ਵੱਖੋ ਵੱਖਰੀ ਜਦੋਂ ਜਾਤੀ ਦੀਆਂ ਗੱਲਾਂ ਕਰਦੇ ਹਾਂ ਹਰ ਚੀਜ਼ ਦੀ ਉਮਰ ਲਿਸਟ ਕੀਤੀ ਹੈ ਕਿਸੇ ਦੀ ਕਿੰਨੀ ਕਿਹੜੇ ਕਿੰਨੀ। ਗੁਰਬਾਣੀ ਮਨੁੱਖ ਨੂੰ 100 ਸਾਲ ਦਾ ਅੰਕ ਕੇ ਚੱਲਦੀ ਹੈ ਕਿ ਮਨੁੱਖਾ ਜੀਵਨ 100 ਸਾਲ ਦਾ ਹੈ, 72 ਸਾਲ ਦੇ ਵਿੱਚ ਚੱਲ ਜਾਣਾ। ਉਹ ਕਾਰਨ ਵੱਖੋ ਵੱਖਰੇ ਨੇ, ਕੋਈ ਰੋਗਾਂ ਰਾਹੀਂ ਜਾ ਰਿਹਾ, ਕੋਈ ਮਾਨਸਿਕ ਪਰੇਸ਼ਾਨੀਆਂ 'ਚੋਂ ਅਟੈਕਾਂ ਰਾਹੀਂ ਜਾ ਰਿਹਾ, ਕੋਈ ਐਕਸੀਡੈਂਟਲ ਕੇਸਾਂ ਰਾਹੀਂ ਜਾ ਰਿਹਾ। ਸਾਡੀ ਭੈਣ ਨੂੰ ਕਿ ਬਹੁਤਾ ਵੱਡਾ ਰੋਗ ਵੀ ਨਹੀਂ ਸੀ, ਕਿ ਹੋਰ ਘਟਨਾ ਵੀ ਨਹੀਂ, ਪਰ ਸਾਡੇ ਨਾਲ ਜਿੰਨਾ ਕੁ ਸੰਬੰਧ ਸੀ, ਸਵਾਸਾਂ ਦੀ ਪੂੰਜੀ ਜਿੰਨੀ ਬਖਸ਼ੀ ਸੀ, ਉਹ ਭੋਗ ਕੇ ਕੁਝ ਕੁ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਆਖਰੀ ਫਤਿਹ ਬੁਲਾ ਕੇ ਅਲਵਿਦਾ ਕੇ, ਬੜਾ ਵੱਡਾ ਦੁੱਖ ਹੈ। ਜਦੋਂ ਇਨਸਾਨ ਦਾ ਜਨਮ ਇਸ ਧਰਤੀ ਤੇ ਹੁੰਦਾ ਤਾਂ ਬਹੁਤ ਸਾਰੇ ਰਿਸ਼ਤੇ ਨਾਤੇ ਤੈਅ ਕਰਦਾ, ਪਰ ਅਗਰ ਉਹਦਾ ਸਭ ਤੋਂ ਨੇੜਲਾ ਰਿਸ਼ਤਾ ਕਿਤੇ ਬਣਦਾ ਤਾਂ ਉਹਦੀ ਮਾਂ ਹੈ, ਔਰ ਦੂਸਰਾ ਪੂਰੀ ਦੁਨੀਆਂ ਨੂੰ ਆਪਣੀ ਬੁਕਲ ਦੇ ਵਿੱਚ ਸਮੋਹ ਜਾਣ ਵਾਲਾ
दुनिया का सब तो वड्डा रिश्ता माँ है, पर दुनिया के सारे अखरों के विचों दो अखरों के विच लिखे जाने वाला रिश्ता भी माँ है। तो मैं नज़दीकी तो इन्नी गौर के नाल देखिया कि मैं अज तक जिनी दुनिया के विच विचरी है तो मैं कह सकती हूँ कि मैं जिनी माँ की सेवा इस परिवार ने की है, सरपंच साहब होरां ने या पूरे परिवार ने, अज तक मैं इन्नी सेवा नहीं देखी। माँ दुनिया का महान रुतबा है, चाहे कोई वीर फकीर होया इस संसार में, चाहे राजा महाराजा होया, चाहे दुनिया का कोई आम इंसान होया है, असी इस माँ की खुद तो ही इस दुनिया में आए हैं। साड़ी सारी संसार की सृजनहारी ही ये माँ है, इस माँ के सदका ही असी ये दुनियादारी के रंग नजारे देखते हैं। सरदार गुरजंट सिंह जी, सरपंच साहब हरमंदर सिंह जी, सुखराज होरां नूं, साडियां भैणां नूं, उन्हां दा जिन्हां दा बहुत जिन्हें सारा जीवन बच्चों का इला दिता उनका माँ ने, उहदा विछोड़ा चलना बड़ा औखा हो जाता है। अगे रिश्तेदार दोते पोते पोतरियां उन्हां लई भी जिवें जिवें उम्र लंबी उवें उवें रिश्ता खड़ा होता जाता है। उन्होंने चले जाने का बहुत बड़ा एक बार शीस एक आशीर्वाद इस संसार को चलिया गया करते बहुत जेडे जिन्हों का आसरा से ओट से और ये भाड़ा सतगुरु का मनना पैदा है। मेरा भी इस परिवार का तकरीबन 30 साल पुराना रिश्ता और मैं इस परिवार को बड़ा नेड़े नेड़े देखा, जिथे साढ़े बहुत ही सत्कारयोग छोटी बार परिवारिक तौर पर माता के तौर पर विचरद देखा, समाजिक तौर पर और राजनीतिक तौर पर भी बहुत विशाल सन। माँ के मर जाने का जो दुख हों कि परिवार एक ममता तो वाझा हो जाता है, जिड़ी कि बिना किसी कीमत तो मिलती है पर कितों होर मिलती भी नहीं। पर जिस साहिब सो ना ही को चारा इस को यह सदनम सकारा, अज आप जीवन की संपूर्णता से जिते परिवार हमदर्दी गुरु चरणा च अरदास करने वास्ते और माता जी प्रति श्रद्धा लेके आए हैं। साढ़े माता जी का अचानक चले जाना बहुत दुखदाई है। मैं समझता कि जिते परिवार लिए वाला दुखा इस इलाके लिए दुखा रिश्तेदार लिए दुखा ये जी पिछली पीढ़ी जी माता जी बिलोंग करते सन एक पीढ़ी इस तरह की साड़ी मार्गदर्शक पीढ़ी थी जो हौली हौली खात्मे वाल जा रही है। चाहे भाई गुरजंट हरी जड़े आने नानका परिवार से बैठे आ, मैं समझता कि समूह लाले वाला परिवार का इन्ना प्यार इन्ना निघ इन्हों मिलया कि मैं समझता कि इन्हों आपका पिछला भाईचारा वो घाट कदे महसूस नहीं हो दी। सारे बुलारियां दा धन्नवाद, इन्हां ने परिवार बारे माता जी बारे बहुत मनु विस्तार नाल जानना पाया। गुरु ग्रंथ साहिब जी महाराज का बहुत बहुत धन्नवाद, इन्हां दी ओट आस तो बगैर आप मैनू लगता एक साह भी नहीं ले सकते, इन्हां दे थले ही सारा कुछ चलता है। थोड़ा सारिया का बहुत बहुत परिवार वालों सरदार गुरजंट सिंह जी वालों यादविंदर सिंह जी वालों बहुत बहुत धन्यवाद, जरा एक एक चरण थोड़ा चल के आए हो साडे परिवार के सिर मत्थे। लंगर सेवा तैयार है जी, इन्होंने छकिया जिन्होंने नहीं छकिया वो जरूर प्लीज परिवार वालों बेनती है कि छक के जान। एक बार फिर थोड़ा अंत बहुत बहुत धन्यवाद। वाहेगुरू जी का खालसा।